ਸਾਡੇ ਸਮਾਜ ਵਿੱਚ ਅੱਜ ਕੱਲ੍ਹ ਦਾਜ ਪ੍ਰਥਾ ਇੰਨਾ ਭਿਆਨਕ ਰੂਪ ਧਾਰ ਗਈ ਹੈ ਕਿ ਲੋਕ ਅੱਜ ਕੱਲ੍ਹ ਆਪਣੇ ਮੁੰਡੇ ਨੂੰ ਵਿਆਹੁਣ ਵੇਲੇ ਕੁੜੀ ਨਾਲੋਂ ਜ਼ਿਆਦਾ ਕੁੜੀ ਦੇ ਨਾਲ ਆ ਰਹੇ ਦਹੇਜ ਨੂੰ ਦੇਖਦੇ ਨੇ। ਅਤੇ ਸਾਨੂੰ ਰੋਜ਼ ਹੀ ਅਖਬਾਰਾਂ ਵਿੱਚ ਇੱਕ ਨਾ ਅੱਧੀ ਖਬਰ ਅਜਿਹੀ ਪੜ੍ਹਨ ਨੂੰ ਮਿਲ ਹੀ ਜਾਂਦੀ ਹੈ ਕਿ ਕਿਤੇ ਸੱਸ ਨੇ ਨੂੰ ਅਤੇ ਤੇਲ ਪਾ ਕੇ ਉਸਨੂੰ ਸਾੜ ਦਿੱਤਾ ਜਾਂ ਫਿਰ ਕੁੜੀ ਦੀ ਸਟੋਵ ਫਟਣ ਨਾਲ ਮੌਤ ਹੋ ਗਈ। ਇਹ ਮੌਤਾਂ ਇੱਦਾਂ ਹੀ ਨਹੀਂ ਹੁੰਦੀਆਂ, ਬਲਕਿ ਇਸਦੇ ਪਿੱਛੇ ਸਭ ਤੋਂ ਵੱਡਾ ਕਾਰਨ ਦਾਜ ਪ੍ਰਥਾ। ਅਤੇ ਅੱਜ ਤੁਹਾਨੂੰ ਅਸੀਂ ਵੀ ਇਸ ਮੁੱਦੇ ਨਾਲ ਜੁੜੀ ਇੱਕ ਵੀਡੀਓ ਦਿਖਾਉਣ ਜਾ ਰਹੇ ਹਾਂ, ਜਿਸ ਵਿੱਚ 4 ਸਾਲ ਪਹਿਲਾਂ ਵਿਆਹੀ ਕੁੜੀ ਨੂੰ ਸਹੁਰੇ ਦਹੇਜ ਲਈ ਤੰਗ ਕਰਦੇ ਨੇ ਅਤੇ ਉਸ ਕੁੜੀ ਦੀ ਭੇਦ ਭਰੇ ਹਾਲਾਤਾਂ ਵਿੱਚ ਮੌਤ ਹੋ ਜਾਂਦੀ ਹੈ। ਮਾਮਲਾ ਅੰਮ੍ਰਿਤਸਰ ਦਾ ਹੈ, ਜਿੱਥੇ ਇਹ ਕੁੜੀ ਦਾਜ ਪ੍ਰਥਾ ਦੀ ਬਲੀ ਚੜ ਗਈ। ਆਓ ਵਿਖਾਉਂਦੇ ਹਾਂ ਪੂਰਾ ਮਾਮਲਾ। ਜੀ ਆਪਣਾ ਨਾਮ ਦੱਸ ਕੇ ਜੀ। ਕੀ ਗੱਲ ਹੋਈ ਹੈ ਜੀ? ਜਿਹੜਾ ਇਹ ਬਸ ਉਹ ਲੜਦੇ ਸਹੁਰਾ ਦਾ, ਉਹਨਾਂ ਨੇ ਮਾਰ ਦਿੱਤਾ, ਗਲ ਘੁੱਟ ਕੇ ਮਾਰ ਦਿੱਤਾ। ਜੇਠ ਉਹਦਾ ਹੀ ਨਹੀਂ, ਜੇਠ ਉਹਦਾ ਗਲਦਾ। ਕਾਹਦੀ ਗੱਲੋਂ ਮਾਰਿਆ ਜੀ? ਇਹ ਮੈਨੂੰ ਬਸ ਇਹੋ ਹੀ, ਕਦੀ ਕੁਛ ਮੰਗਦੇ, ਕਦੀ ਕੁਛ ਆਉਂਦੇ, ਕਦੀ ਕੁਛ ਚੀਜ਼ ਲੈ ਦੇਣੀ, ਮੈਂ ਕਦੀ ਕੁਛ ਲੈ ਦੇਣੀ, ਫਿਰ ਵੀ ਖੀਰਦੇ ਉਹਨਾਂ ਨੇ ਕੁੜੀ ਮਾਰ ਦਿੱਤੀ। ਕੀ ਕਾਰਨ ਰਿਹਾ ਜੀ ਕੁੜੀ ਨੂੰ ਜਿਹੜਾ ਮਾਰਨ? ਦੂਜੀ ਗਲਤ ਗੱਲ, ਮੈਂ ਵੀ ਉਹਦੀ ਗੱਲਬਾਤ ਹੋਈ, ਉਹਦੀ ਵੱਡੀ ਭਰਜਾਈ ਕਰੇਗੀ, ਉਹਦੀ ਭਰਜਾਈ ਨਾਲ ਰਹਿੰਦੀ ਤਾਂ ਨਹੀਂ ਦੇਖ ਲਿਆ, ਉਹਨੇ ਆਪਣੇ ਮੁੰਡੇ ਦੇਖ ਲਿਆ ਅਤੇ ਇਹਨਾਂ ਨੂੰ ਅੱਜ ਕੁੜੀ ਨੇ ਬਾਹਰ ਦੇਖਤਾ ਮਾਰ। ਤਾਂ ਪੁਲਿਸ ਵੱਲੋਂ ਕੀ ਕੰਪਲੇਂਟ ਕੀਤੀ ਗਈ? ਉਹਨਾਂ ਨੇ ਵੀ ਕੀਤੀ, ਉਹਨਾਂ ਨੇ ਕੋਈ ਵੀ ਨਹੀਂ। ਹਾਂਜੀ ਸਰ, ਆਪਣਾ ਨਾਮ ਦੱਸ ਕੇ ਜੀ। ਸਰ ਜਿਹੜਾ ਮਾਮਲਾ ਹੈ ਕੁੜੀ ਨੂੰ ਬਾਹਰ ਦੇ ਕੇ ਮਾਰਿਆ ਗਿਆ, ਥਾਣੇ ਝਬਾਂਤ ਵਿੱਚ ਪਿੰਡ ਪੈਂਦਾ ਜੀ ਫਟਗੜ੍ਹ। ਉੱਥੇ ਗੁਰਬਖਸ਼ ਸਿੰਘ ਸਾਨੂੰ, ਜੋਗਿੰਦਰ ਸਿੰਘ ਵਾਸੀ ਰਾਜਾ ਸਾਹਿਬ ਸੀ, ਇਹਨਾਂ ਦੀ ਲੜਕੀ ਰਾਣੀ ਅਰਸਾ ਕਰੀਬ 4 ਸਾਲ ਪਹਿਲਾਂ ਕਿਰਪਾਲ ਸਿੰਘ ਨਾਲ ਸ਼ਾਦੀਸ਼ੁਦਾ ਸੀ। ਜੋ ਸ਼ਾਦੀ ਤੋਂ ਬਾਅਦ, ਸ਼ਾਦੀ ਤੋਂ ਪਹਿਲਾਂ ਇਹਨਾਂ ਨੇ ਆਪਣੀ ਹੈਸੀਅਤ ਮੁਤਾਬਕ ਕਾਫੀ ਦਾਜ ਦਹੇਜ ਦਿੱਤਾ ਸੀਗਾ, ਪਰ ਫਿਰ ਵੀ ਇਹ ਲੜਕੀ ਨੂੰ ਤੰਗ ਪਰੇਸ਼ਾਨ ਕਰਦੇ ਸੀਗੇ। ਉਹ ਲੜਕੀ ਨੇ ਇਸ ਸੰਬੰਧੀ ਕਈ ਵਾਰ ਆਪਣੇ ਪੇਕੇ ਪਰਿਵਾਰ ਨੂੰ ਆ ਕੇ ਦੱਸਿਆ ਸੀ ਅਤੇ ਹੁਣ ਜਿਹੜੇ ਫਿਰ ਲੜਕੀ ਤੋਂ ਕਹਿੰਦੇ ਸੀ ਭਈ ਹੁਣ ਸਾਨੂੰ ਸਵਿਫਟ ਕਾਰ ਜਿਹੜੀ ਹੈ ਉਹ ਲਿਆ ਕੇ ਦਿਓ, ਪਰ ਲੜਕੀ ਪਰਿਵਾਰ ਬਹੁਤ ਜ਼ਿਆਦਾ ਗਰੀਬ ਆ ਅਤੇ ਉਹ ਨਹੀਂ ਲਿਆ ਕੇ ਦਿੰਦਾ ਅਤੇ ਨਹੀਂ ਲੈ ਕੇ ਦਿੰਦੇ ਸੀਗੇ। ਇਸ ਕਰਕੇ ਉਹਨਾਂ ਨੇ ਕਈ ਵਾਰ ਲੜਕੀ ਨੂੰ ਸਮਝਾ ਕੇ ਉਹਦੇ ਸਹੁਰੇ ਪਰਿਵਾਰ ਭੇਜਿਆ ਸੀ, ਪਰ ਫਿਰ ਵੀ ਉਹ ਤੰਗ ਪਰੇਸ਼ਾਨ ਕਰਨ ਤੋਂ ਬਾਜ਼ ਨਹੀਂ ਆਏ ਅਤੇ ਕੱਲ੍ਹ ਜਿਹੜਾ ਇਹਨਾਂ ਨੇ ਲੜਕੀ ਨੂੰ ਜਿਹੜਾ ਵਾ ਉੱਥੇ ਪਿੰਡ ਠੱਠਗੜ੍ਹੀ ਉਹਦੇ ਗਲ ਦੇ ਵਿੱਚ ਕੋਈ ਚੀਜ਼ ਪਾ ਕੇ ਉਹਨੂੰ ਕਾਹ ਦੇ ਕੇ ਉਹਦੇ ਸਹੁਰੇ ਪਰਿਵਾਰ ਨੇ ਉਹਨੂੰ ਮਾਰ ਦਿੱਤਾ ਹੈ। ਉਹਦੀ ਜਿਹੜੀ ਡੈੱਡ ਬੋਡੀ ਜਿਹੜੀ ਉੱਥੇ ਹਸਪਤਾਲ 'ਚ ਪਈ ਹੈ ਅਤੇ ਕਾਰਵਾਈ ਜਿਹੜੀ ਕਰ ਰਹੇ ਹਾਂ, 304 ਵੀ FIR ਲੌਂਚ ਕਰ ਰਹੇ ਆਈ ਸੀ ਦੀ, ਅਤੇ ਦੋਸ਼ੀਆਂ ਦੀ ਜਿਹੜੀ ਛਾਪੇਮਾਰੀ ਕੀਤੀ ਗਈ।